खालसा वाहेगुरु जी की फतेह। खालसा पंथ की साजना दिवस अज खालसा का जन्म होया। अज के दिन सामने देख साडे धर्म के सारे लोगों का ही फर्ज बनना कि अज के दिन आप गुरु के सन्मुख जाके नतमस्तक होइए। पूरी दुनिया तक मैसेज आवे कि साडे गुरुआ ने साडे लिए की कुछ किया। इस दिन की महत्ता की है, साडे बच्चों को पता हो, साडे बच्चों को साडे कल्चर बारे, साडे धर्म बारे, साडे पिछोकड़ बारे हर चीज़ पता होनी बहुत जरूरी है। सो उहदे लई टाइम टू टाइम बच्चों को लैके जो भी ये दिन दिहाड़े स्पैशली इन्हां दिनों दे विच जां जदों शहीदी दिवस हुंदे ने जां जदों भी साडे गुरुआं ने जिहड़ियां कुरबानियां कीतियां ने इन्हां दिनों दे विच जरूर बच्चों को लैके गुरुद्वारे सारे नूं आना चाहिए। अज मेरा भी दिल किया कि अच्छे कुछ गीत कुछ धार्मिक गीत क्योंकि थोड़ी आवाज़ बहुत चाहिए थे। जो बोले सो निहाल सासरी अकाल, सासरी अकाल जो बोले सो निहाल, जो बोले सो निहाल सासरी अकाल, सासरी अकाल जो बोले सो निहाल। ਨਿਕਲ ਸਰ ਇੱਕ ਬਿਆਨ ਪਿੱਛੇ ਆਇਆ ਸੀਗਾ ਕਿ ਜਿਵੇਂ ਸਿੱਧੂ ਮੂਸੇ ਵਾਲੇ ਤੇ ਮਾਫ ਨੂੰ ਤੱਕ ਇਨਸਾਫ ਨਹੀਂ ਮਿਲਿਆ ਜੀ, ਪੰਜਾਬ ਦੇ ਵਿੱਚ ਫੋਨ ਪਿੱਛੇ ਕਰ ਲਓ ਬਿਆਨ ਤੋਂ ਬਾਅਦ ਕਈ ਲੋਕਾਂ ਨੇ ਨੈਗੇਟਿਵ ਲਿਆ ਤੁਹਾਡਾ ਕੀ ਪੱਖੀ ਰਿਕਾਰਡ ਹੁੰਦਾ ਹੈ ਕੀ ਸੀ ਸਪਸ਼ਟ ਕੀ ਬਿਆਨ ਸੀ। ਮੈਂ ਥੋੜ੍ਹੇ ਦਿਨ ਪਹਿਲਾਂ ਪੋਸਟ ਪਾਈ ਸੀ, ਮੈਨੂੰ ਐਂ ਲੱਗਦਾ ਸੀ ਇੱਕ ਤਾਂ ਬਹੁਤ ਸਾਰੇ ਕਲਾਕਾਰ ਨੇ ਪੂਰੀ ਦੁਨੀਆ ਦੇ ਫਰਜ਼ ਹੈ ਕਿ ਜਿਹੜੇ ਵੀ ਆਰਟਿਸਟ ਨੇ ਜਾਂ ਕਿਸੇ ਵੀ ਵਰਗ ਦੇ ਕਿਸੇ ਇਨਸਾਨ ਨੇ ਸਾਡੀ ਪੰਜਾਬੀ ਮਾਂ ਬੋਲੀ ਲਈ ਸਾਡੇ ਕਲਚਰ ਲਈ ਸਾਹਮਣੇ ਕਿਸੇ ਵੀ ਸਾਡੇ ਉਸ ਚੀਜ਼ ਲਈ ਜਿਹਨੂੰ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ ਉਹਦੇ ਲਈ ਕੁਛ ਕੀਤਾ, ਉਹਦੇ ਲਈ ਸਾਰੇ ਆਵਾਮ ਨੂੰ ਨਾਲ ਖੜੇ ਹੋਣਾ ਚਾਹੀਦਾ। ਮੈਨੂੰ ਲੱਗਦਾ ਸੀ ਕਿ ਸਾਡੇ ਆਰਟਿਸਟਾਂ ਦੇ ਵਿੱਚੋਂ ਬਹੁਤ ਸਾਰੇ ਆਰਟਿਸਟ ਜਿਹੜੇ ਉਹਦੇ ਕਰੀਬੀ ਵੀ ਸੀ ਉਹਨਾਂ ਨੇ ਵੀ ਪੋਸਟਾਂ ਪਾਉਣੀਆਂ ਬੰਦ ਕਰਤੀਆਂ, ਲੇਕਿਨ ਸਿੱਧੂ ਨੂੰ ਜਦ ਤੱਕ ਉਹਦੀ ਮੌਤ ਦਾ ਇਨਸਾਫ਼ ਨਹੀਂ ਮਿਲਦਾ ਉਹਦੇ ਮਾਪਿਆਂ ਨੂੰ ਕਦੇ ਵੀ ਚੈਨ ਨਹੀਂ ਆ ਸਕਦਾ, ਉਹਦੇ ਜਿਹੜੇ ਚਾਹੁਣ ਵਾਲੇ ਨੇ ਉਹਨਾਂ ਨੂੰ ਕਦੇ ਫੈਨ ਨਹੀਂ ਮਿਲ ਚੈਨ ਨਹੀਂ ਮਿਲ ਸਕਦਾ। ਮੈਂ ਉਹਦੇ ਲਈ ਪੋਸਟ ਪਾਈ ਸੀ ਕਿ ਇੱਕ ਬੰਦਾ ਜਿਹਨੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਸਾਡੀ ਦਸਤਾਰ ਨੂੰ ਪੂਰੀ ਦੁਨੀਆ 'ਚ ਪ੍ਰਮੋਟ ਕੀਤਾ। ਮੈਨੂੰ ਲੱਗਦਾ ਮੈਨੂੰ ਸੱਚੀ ਮੁੱਚੀ ਐਂ ਲੱਗਦਾ ਕਿ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੇ ਸਰਦਾਰੀ ਨੂੰ ਪ੍ਰਮੋਟ ਕੀਤਾ, ਮੇਰੀ ਵੀ ਤਿਲ ਫੁਲ ਉਹਦੇ ਵਿੱਚ ਛੋਟਾ ਜਿਹਾ ਤਿਲ ਮਾਤਰ ਮੇਰਾ ਵੀ ਯੋਗਦਾਨ ਹੋਣਾ, ਪਰ ਮੈਨੂੰ ਲੱਗਦਾ ਕਿ ਸਿੱਧੂ ਨੇ ਪੂਰੀ ਦੁਨੀਆ ਦੇ ਵਿੱਚ ਸਾਡੀ ਸਰਦਾਰੀ ਨੂੰ ਪ੍ਰਮੋਟ ਕੀਤਾ, ਕਾਲੇ ਗੋਰਿਆਂ ਨੂੰ ਪੰਜਾਬੀ ਗਾਉਣ ਲਾਤਾ, ਪੰਜਾਬੀ ਬੋਲਣ ਲਾਤਾ, ਪੰਜਾਬੀ ਗਾਣੇ ਪਰਫੋਰਮ ਕਰਨ ਲਾਤਾ। ਪੰਜਾਬ ਗਵਰਨਮੈਂਟ ਨੂੰ ਪਤਾ ਨਹੀਂ ਕਿੰਨਾ ਕੁ ਟੈਕਸ ਪੇ ਕਰਦਾ, ਕਰੋੜਾਂ 'ਚ ਟੈਕਸ ਪੇ ਕਰਦਾ, ਨੋਰਮਲ ਵੀ ਨਹੀਂ, ਬਹੁਤ ਜ਼ਿਆਦਾ ਟੈਕਸ ਪੇ ਕਰਦਾ, ਉਹਦੇ ਬਾਵਜੂਦ ਵੀ ਜੇ ਸਿੱਧੂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਆਮ ਲੋਕਾਂ ਦਾ ਕੀ ਬਣੂ, ਅਤੇ ਆਮ ਲੋਕ ਤਾਂ ਅਸੀਂ ਫਿਰ ਕਦੇ ਸਰਕਾਰ ਕੋਲ ਜਾ ਕੇ ਗੁਹਾਰ ਕਿਸੇ ਗੱਲ ਦੀ ਲਾ ਹੀ ਨਹੀਂ ਸਕਦੇ। ਇੱਕ ਮੇਰੇ ਮਨ 'ਚ ਇਹ ਸ਼ਿਕਵਾ ਸੀ ਕਿ ਜਿਵੇਂ ਮੇਰੇ ਨਾਲ ਵੀ ਪਿਛਲੇ ਦਿਨਾਂ ਵਿੱਚ ਜਿਹੜੀ ਚੀਜ਼ਾਂ ਹੋਈਆਂ ਸੀਗੀਆਂ ਉਹ ਤੋਂ ਬਾਅਦ ਪੰਜਾਬ ਸਰਕਾਰ ਦੇ CM ਸਾਹਿਬ ਸਾਡੇ ਪੁਰਾਣੇ ਦੋਸਤ ਨੇ, ਅਸੀਂ ਇਕੱਠੇ ਸ਼ੋਅ ਕਰਦੇ ਰਹੇ ਹਾਂ। ਮੈਨੂੰ ਇਹ ਸੀ ਕਿ ਜਦੋਂ ਇੰਨੇ ਦੁੱਖ ਦੀ ਘੜੀ ਵਿੱਚ ਸਾਰੇ ਲੋਕ ਮੇਰੇ ਨਾਲ ਖੜੇ ਹੋ ਗਏ, ਜਦਕਿ ਮੈਂ ਕਿਸੇ ਤੋਂ ਕੋਈ ਰੁਪਈਆ ਨਹੀਂ ਮੰਗਿਆ, ਮੈਂ ਸਿਰਫ ਕੰਮੇ ਮੰਗਿਆ ਸੀ, ਮੈਨੂੰ ਇਹ ਸੀ ਮਾਨ ਸਾਹਿਬ ਚੁਟਕੀ ਦੇ ਵਿੱਚ ਮੇਰੇ ਮਸਲੇ ਹੱਲ ਕਰ ਸਕਦੇ ਨੇ, ਬਹੁਤ ਸਾਰੀਆਂ ਚੀਜ਼ਾਂ ਮੇਰੀਆਂ, ਬਹੁਤ ਸਾਰੇ ਪ੍ਰੋਬਲਮਾਂ, ਕਿਉਂਕਿ ਜਿਹੜੇ ਕਲਚਰ ਪ੍ਰੋਗਰਾਮ ਸਰਕਾਰ ਵੱਲੋਂ ਹੁੰਦੇ ਨੇ ਜੇ ਉਹਨਾਂ ਲਈ ਵੀ ਮੈਨੂੰ ਕਹਿੰਦੇ ਨੇ ਮਾਨ ਸਾਹਿਬ ਵੀ ਹਾਂ ਨਿੱਕੂ ਅੱਜ ਤੋਂ ਆਹ ਸਾਰੇ ਸ਼ੋਅ ਤੁਸੀਂ ਕਰਨੇ ਨੇ ਜਾਂ ਤੁਸੀਂ ਆਪਣੀ ਟੀਮਾਂ ਲੈ ਕੇ ਹੋਰ ਆਰਟਿਸਟਾਂ ਨਾਲ ਲੈ ਕੇ ਕਰਨੇ ਨੇ, ਸੋ ਮੈਨੂੰ ਲੱਗਦਾ ਉਹਦੇ ਵਿੱਚ ਮੇਰਾ ਕਾਫੀ ਸਹਿਯੋਗ ਹੋ ਸਕਦਾ ਸੀ ਅਤੇ ਮੈਨੂੰ ਮਾਣ ਹੋਣਾ ਸੀ ਕਿ ਸਾਡੀ ਸਰਕਾਰ ਨੇ ਸਰਕਾਰ ਨੂੰ ਸਾਡੇ ਆਰਟਿਸਟਾਂ ਦਾ ਫਿਕਰ ਹੈ। ਅਦਰਵਾਈਜ਼ ਸਾਡੇ ਆਰਟਿਸਟ ਸਾਰੀ, ਮੈਂ ਇਕੱਲਾ ਨਹੀਂ, ਸਾਰੇ ਆਰਟਿਸਟਾਂ ਨੇ ਬੜਾ ਟੈਕਸ ਪੇ ਕੀਤਾ ਗਵਰਨਮੈਂਟ ਨੂੰ, ਐਂਡ ਕਿਤੇ 1% ਵੀ ਸਾਡੀ ਜ਼ਿੰਦਗੀ ਦਾ ਕਿਤੇ ਪਾਸੇ ਵੀ ਰੱਤੀ ਭਰ ਵੀ ਕੋਈ ਫਿਊਚਰ ਨਹੀਂ ਹੈਗਾ। ਕਦੇ ਇਹ ਨਹੀਂ ਹੈਗਾ ਕਿ ਕਿਸੇ ਆਰਟਿਸਟ ਨੂੰ ਤੁਸੀਂ ਸੁਣਿਆ ਹੋਵੇ ਕਿ ਇੱਥੇ ਬੁਢਾਪਾ ਪੈਨਸ਼ਨ ਮਿਲਦੀ ਹੈ ਜਾਂ ਫਲਾਨਾ ਕੁਛ ਮਿਲਦਾ ਜਾਂ ਉਹਦੇ ਪਰਿਵਾਰ ਨੂੰ ਕਦੇ ਕੋਈ ਪ੍ਰੋਬਲਮ ਪੈਂਦੀ ਹੈ, ਸਰਕਾਰ ਨਾਲ ਖੜੀ ਹੁੰਦੀ ਹੈ, ਕਿਤੇ ਨਹੀਂ ਖੜੇ ਹੁੰਦੇ। ਜੇ 4 ਦਿਨ ਪੋਸਟਾਂ ਪਾ ਕੇ ਡਰਾਮੇ ਕਰਕੇ ਸਰਕਾਰ ਨੇ ਜਾਂ ਆਮ ਲੋਕਾਂ ਨੇ ਖੜਨਾ, ਉਹਦੇ ਨਾਲ ਉਹਨੂੰ ਨਾ ਖੜਨਾ ਜ਼ਿਆਦਾ ਬੈਟਰ ਹੈ। ਮੇਰੇ ਨਾਲ ਵੀ ਬੜੇ ਲੋਕ ਇੱਦਾਂ ਦੇ ਆਏ, ਆਪਾਂ ਇਹ ਕਰ ਦਾਂਗੇ, ਆਪਾਂ ਉਹ ਕਰ ਦਾਂਗੇ, ਲੇਕਿਨ ਡਰਾਮੇ ਵਾਲੇ ਲੋਕ ਕਿਸੇ ਪਾਸੇ ਵੀ ਨਹੀਂ ਚਾਹੀਦੇ, ਨਾ ਆਮ ਲੋਕਾਂ 'ਚ ਅਤੇ ਨਾ ਸਰਕਾਰ ਦੇ ਵਿੱਚ। ਸੋ ਮੈਨੂੰ ਉਹ ਥੋੜ੍ਹਾ ਸ਼ਿਕਵਾ ਸਰਕਾਰ ਨਾਲ ਵੀ ਸੀਗਾ, ਉਹ ਮੈਂ ਜ਼ਾਹਰ ਕੀਤਾ। ਮਾਹੌਲ ਨੂੰ ਦੇਖਦੇ ਹੋਏ ਕਈ ਚੈਨਲਸ ਬੰਦ ਕਰਤੇ, ਟਵਿੱਟਰ ਅਕਾਊਂਟ ਬੰਦ ਕਰਤੇ, ਬੜਾ ਵੱਡਾ ਮੁੱਦਾ ਚੱਲ ਰਿਹਾ ਚੈਨਲ ਜਿੱਦਾਂ ਜੀ ਰੋਟੀ ਚੱਲਦੀ ਹੈ ਨਾ। ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੀ ਚੀਜ਼ ਨੇ ਜਿਹਨੂੰ ਵਾਹਿਗੁਰੂ ਨੇ ਨਵਾਜਣਾ, ਜਿਹਨੂੰ ਵਾਹਿਗੁਰੂ ਨੇ ਕਿਸੇ ਵੀ ਤਰੀਕੇ ਕੁਛ ਦੇਣਾ, ਉਹ ਕਦੇ ਲੁਕਿਆ ਛਿਪਿਆ ਨਹੀਂ ਰਹਿ ਸਕਦਾ। ਜੇ ਸਾਡੇ ਸਿੱਖ ਪੰਥ ਲਈ ਵੀ ਜਿਹੜੇ ਲੋਕ ਵੀ ਉਪਰਾਲੇ ਕਰਦੇ ਨੇ ਕਿ ਸਾਡਾ ਸਿੱਖ ਪੰਥ ਕਦੇ ਕਿਸ ਤੋਂ ਵੀ ਝੁਕੇ ਨਾ, ਕਦੇ ਕਿਸੇ ਦੇ ਸਾਹਮਣੇ ਵੀ ਨੀਵਾਂ ਨਾ ਹੋਵੇ, ਸਿੱਖ ਪੰਥ ਨੂੰ ਅੱਗੇ ਲਿਆਉਣ ਲਈ, ਸਿੱਖ ਪੰਥ ਦੀ ਹੋਂਦ ਨੂੰ ਪ੍ਰੋਪਰ ਦੱਸਣ ਲਈ, ਸਿੱਖ ਪੰਥ ਕੀ ਹੈ, ਸਾਡੇ ਗੁਰੂਆਂ ਨੇ ਸਾਡੇ ਆਮ ਲੋਕਾਂ ਲਈ ਸਭ ਲਈ ਕੀ ਕੀਤਾ, ਹਿੰਦੂ ਧਰਮ ਲਈ ਕੀ ਕੀਤਾ, ਮੁਸਲਮਾਨਾਂ ਲਈ ਕੀ ਕੀਤਾ, ਇਹ ਸਭ ਚੀਜ਼ਾਂ ਦੱਸਣ ਲਈ ਸਾਡਾ ਕੋਈ ਨੁਮਾਇੰਦਾ ਜ਼ਰੂਰ ਚਾਹੀਦਾ।
जिहड़े लोग भी ये काम करना चाहते हैं जो उन्होंने सरकार दबाणगियां तो फर्क कुछ नहीं पैना, अज वो एक आवाज़ मदवा लेंगे कल दो दस आवाज़ा होर उठ जाएगियाँ, क्योंकि गुरु साहब की फौज जी कला बंदा ही 1.25 लाख के बराबर गुरु साहब पहले ही कह चुके हैं। सो साढ़े तो पता नहीं कितनी दुनिया जी गुरु साहब को फॉलो करती है, उन्होंने सिद्धांतों पर चलती है, सो ये चीज़ें कभी खत्म नहीं हो सकती। आखिरी सवाल के थोड़ी विस्तार में नौजवान देख के मुतासर होंगे ने जी, देखना चाहते हैं कि बनते हैं निकोनी पाकिस्तान की दसना चाहते हैं मुंडिया पाकिस्तान भूल गए जो शुरू किया जो असं 3-4 मुंडे से रविंद्र गरेवाल से सुखविंदर सुखी होनी सके उदू पहला होर सदीक साहब से मलकीत सिंह जी से हरदीप गलौनी से काफ़ी लोगों ने जिन्होंने टाइम टू टाइम सरदारी ले सरदारी प्रमोट करने दस्तार सिर तो उतारिया नहीं। सो मैं लगता हूँ जो असी मैं शुरू किया बहुत लोग इदा के कि घुंघराले बाल करके कन्ना च नत्तियां पा के हाथों छांपां छल्ले पा के शुरू हुए थी, मैं ऐसे कि आप लोगों तो वक्रे हो के आप अपने सिखी पहरावे के पिछे रह के उदा ही आपने आप इस लाइन के लैके मैं लगता वो चीज़ ने यह दस्तार करके मैं लगता शायद पूरी दुनिया मैं जानती है अज तक मैं प्यार करती है, पिछे इन्ना समा डाउन भी रहा वो बावजूद भी मेरी